ਜਦੋਂ ਕੁਲਵਿੰਦਰ ਕੌਰ ਤੋਂ ਚਪੇੜ ਖਾਧੀ ਕੰਗਣਾ ਨੇ ਤਾਂ ਉਹ ਇਹ ਸਾਬਤ ਕਰਨ ਦੇ ਤੁਰ ਪਈ ਕਿ ਜਿਹੜੇ ਪੰਜਾਬੀ ਆ ਇਹ ਇਹਨਾਂ ਨੂੰ ਸੁਰੱਖਿਆ ਕਰਮੀ ਦੇ ਵਿੱਚ ਨਾ ਲਗਾਓ, ਇਹ ਵਿਸ਼ਵਾਸਘਾਤ ਕਰਦੇ ਆ, ਇਹ ਲੋਕਾਂ ਦੇ ਨਾਲ ਇਉਂ ਕਰਦੇ ਆ, ਇਹਨੇ ਇਹ ਸੁਰੱਖਿਆ ਕਰਮੀ ਨੂੰ ਚਪੇੜ ਨਹੀਂ ਮਾਰਨੀ ਚਾਹੀਦੀ ਸੀਗੀ, ਬਹੁਤ ਗੱਲਾਂ ਕੀਤੀਆਂ। ਮੁਝੇ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹੈ ਮੀਡੀਆ ਕੇ ਵੀ ਔਰ ਮੇਰੇ ਸ਼ੁਭ ਚਿੰਤਕੋ ਕੇ ਵੀ। ਸਬਸੇ ਪਹਿਲੇ ਤੋ ਆਈ ਐਮ ਸੇਫ, ਆਈ ਐਮ ਪਰਫੈਕਟਲੀ ਫਾਈਨ। ਆਜ ਚੰਡੀਗੜ੍ਹ ਏਅਰਪੋਰਟ ਪੇ ਜੋ ਹਾਦਸਾ ਹੁਆ ਵੋ ਸਿਕਿਉਰਿਟੀ ਚੈੱਕ ਕੇ ਸਾਥ ਮੇਂ ਹੁਆ। ਵਹਾਂ ਪੇ ਮੈਂ ਸਿਕਿਉਰਿਟੀ ਚੈੱਕ ਕਰਕੇ ਜੈਸੇ ਹੀ ਨਿਕਲੀ ਤੋ ਦੂਸਰੇ ਕੈਬਿਨ ਮੇਂ ਜੋ ਮਹਿਲਾ ਥੀ, ਜੋ ਸੁਰੱਖਿਆ ਕਰਮਚਾਰੀ ਥੀ ਸੀ ਆਈ ਐਸ ਐਫ ਕੀ, ਉਨ੍ਹੋਨੇ ਮੇਰੇ ਉਨਕੇ ਪਾਸ ਯਾ ਉਨਕੋ ਕ੍ਰੋਸ ਕਰਨੇ ਕਾ ਇੰਤਜ਼ਾਰ ਕੀਆ ਔਰ ਸਾਈਡ ਸੇ ਆਕਰ ਜੋ ਹੈ ਮੁਝੇ ਮੇਰੇ ਫੇਸ ਪੇ ਹਿੱਟ ਕੀਆ ਔਰ ਗਾਲੀਆਂ ਦੇਣੇ ਲੱਗੀ। ਔਰ ਜਬ ਮੈਂ ਉਨਕੋ ਪੂਛਾ ਕਿ ਉਨ੍ਹੋਨੇ ਐਸਾ ਕਿਉਂ ਕੀਆ ਤੋ ਉਨ੍ਹੋਨੇ ਕਹਾ ਕਿ ਵੋ ਫਾਰਮਰਸ ਪ੍ਰੋਟੈਸਟ ਕੋ ਜੋ ਹੈ ਵੋ ਸਪੋਰਟ ਕਰਤੀ ਹੈ ਔਰ ਆਈ ਐਮ ਸੇਫ, ਬਟ ਮਾਈ ਕੰਸਰਨ ਇਜ਼ ਕਿ ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਬੜ ਰਹਾ ਹੈ, ਹਾਊ ਡੂ ਵੀ ਹੈਂਡਲ ਦੈਟ। ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨੇ ਜਦੋਂ ਕੰਗਣਾ ਦੇ ਚਪੇੜ ਮਾਰੀ, ਇਹ ਮਸਲਾ ਹੁਣ ਇੰਨਾ ਜ਼ਿਆਦਾ ਵੱਧ ਗਿਆ, ਉਹਨੂੰ ਸਸਪੈਂਡ ਤਾਂ ਕਰ ਦਿੱਤਾ ਗਿਆ, ਹੋਰ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਵਿਸਤਾਰ ਨਾਲ ਦੱਸਦਾ ਹੋਇਆ ਕੀ ਸੀਗਾ। ਕੁਲਵਿੰਦਰ ਕੌਰ ਜਿਹੜੀ 35 ਸਾਲ ਦੀ ਸੀ ਆਈ ਐਸ ਐਫ ਦੇ ਵਿੱਚ ਡਿਊਟੀ ਕਰਦੀ ਹੈ, ਸਿਕਿਉਰਿਟੀ ਜਿਹੜੇ ਚੈਕਿੰਗ ਕਰਦੇ ਹੁੰਦੇ ਆ ਏਅਰਪੋਰਟ ਦੇ ਵਿੱਚ, ਜਦੋਂ ਕੰਗਣਾ ਦੀ ਵਾਰੀ ਆਈ ਉਹਨੇ ਚਪੇੜ ਮਾਰੀ, ਗੱਲ ਲਾਲ ਕਰਤੀ ਅਤੇ ਕਿਹਾ, ਤੂੰ ਕਿਹਾ ਸੀਗਾ ਕਿ ਕਿਸਾਨ ਔਰਤਾਂ ਜਿਹੜੀਆਂ 100-100 ਰੁਪਈਏ 'ਤੇ ਇਹ ਧਰਨੇ 'ਤੇ ਆਈਆਂ, ਉਹਨਾਂ ਦੇ ਵਿੱਚ ਮੇਰੀ ਮਾਂ ਵੀ ਸ਼ਾਮਿਲ ਸੀ ਧਰਨੇ ਦੇ ਵਿੱਚ, ਅਤੇ ਉਹਦਾ ਪਿਤਾ ਵੀ ਸ਼ਾਮਿਲ ਸੀ, ਠੀਕ ਹੈ। ਅਤੇ ਇਹ ਜਿਹੜੀ ਕੁੜੀ ਕੁਲਵਿੰਦਰ ਕੌਰ, ਇਹਦਾ ਹਸਬੈਂਡ ਵੀ ਇਹੀ ਡਿਊਟੀ ਕਰਦਾ ਗਾ, ਤਾਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਆ, ਤਾਂ ਇਹ ਚਪੇੜ ਦਾ ਮਜ਼ਾਕ ਉਡਾਉਂਦੇ ਹੋਏ ਬਹੁਤ ਵੀਡੀਓ ਵਾਇਰਲ ਹੋਈਆਂ। ਹਰਿਆਣੇ ਤੋਂ ਇੱਕ ਮੁੰਡੇ ਨੇ ਸਪੈਸ਼ਲ ਵੀਡੀਓ ਪਾ ਕੇ ਦੱਸਿਆ ਇਹ ਚਪੇੜ ਦੇ ਬਾਰੇ, ਉਹ ਵੀ ਸੁਣ ਲਓ ਮਾੜਾ ਜਿਹਾ। ਇੱਕ ਬਾਤ ਆ ਬਈ, ਸਵਾਦ ਬਹਿੰਦੀ ਆ ਕੰਗਣਾ ਰਣੌਤ ਕਾ ਤੋਂ, ਅੱਜ ਜਮਾ ਇੱਕ ਨੰਬਰ ਕੰਮ ਕਰਦੀ ਆ। ਮੇਰੇ ਵੀ ਘਰ ਕੇ ਬੈਠੇ ਤੇ ਉਹੜਾ, ਮੈਂ ਵੀ ਸਮਝ ਸਕੂ ਬਈ ਕੀ ਬੀਤਾ ਜਦ ਉਹਨਾਂ ਨੂੰ ਕਹਿੰਦਾ 100-100 ਰੁਪਈਆ ਮੈਂ ਬੈਠੇ ਰਿਹਾ ਪੀਜ਼ਾ ਬਰਗਰ ਖਾਣ ਨੇ ਬੈਠੇ ਜਈ ਸਹੀ ਦੜਾਕ ਬ੍ਰਿਜ ਭੂਸ਼ਣ ਕਾ ਵੀ ਕੋਈ ਮਾਰਦੇ ਨਹੀਂ, ਸਵਾਦ ਆ ਜਾਏਗਾ ਜਮੀ ਮੌਜ ਹੋ ਜਾਈ। ਸਭ ਕੇ ਬਸ ਕੀ ਬਾਤ ਨਹੀਂ ਹੁੰਦੀ ਆ, ਡਰੋ ਆ ਸਭ ਨੇ ਮੇਰੀ ਨੌਕਰੀ ਚਲੀ ਜਾਏਗੀ, ਨਿਊ ਚਲੀ ਜਾਏਗੀ, ਸੇਰ ਹੀ ਕਰ ਸਕਾ ਯੂ ਕੰਮ। ਊਧਮ ਸਿੰਘ ਕੀ ਯਾਦ ਆਏਗੀ ਆ ਵੀ ਇਤਨੇ ਸਾਲਾਂ ਬਾਅਦ ਜਾ ਕੇ ਉਹੜਾ ਮਾਰਿਆ, ਕਿਉਂ ਗੈਂਪੀ ਕਾ ਇਲੈਕਸ਼ਨ ਜਿੱਤੀ ਹੈ ਜੇ, ਕਿਸਾਨਾਂ ਤਾਂ ਦੇਸ਼ ਦਰੋਹੀ ਕਿਹਾ ਤਾ, ਬੇਇੱਜ਼ਤੀ ਕਾ ਬਦਲਾ ਤੋਂ ਬੇਇੱਜ਼ਤੀ ਤਾਂ ਇਹ ਲਿਆ ਜਾਏਗਾ। ਫਿਰ ਕਿਸੇ ਪੋਲੀਟੀਕਲ ਪਾਰਟੀ ਤਾਂ ਹੇਠ ਨਹੀਂ ਹੈ ਮੇਰੀ, ਇਹ ਤਾਂ ਸਾਰੇ ਹੀ ਚੋਰ ਹੈ, ਠੀਕ ਹੈ। ਪਰ ਕਿਸਾਨਾਂ ਦਾ ਜੋ ਗਲਤ ਕਿਹਾ ਥਾ ਉਹਨਾਂ ਆ ਸਿਕਸ਼ਾ ਮਿਲਣੀ ਜ਼ਰੂਰੀ ਥੀ, ਔਰ ਨਾ ਮੇਰਾ ਕਈ ਭਾਈ ਕਵੇਂਗੇ ਤੋ ਖਾਲਿਸਤਾਨੀ ਕਾ ਸਾਥ ਦੇ, ਬਿਲਕੁਲ ਨਹੀਂ ਭਾਈ, ਆਪਾਂ ਪ੍ਰਾਊਡ ਇੰਡੀਅਨ, ਆਪਾਂ ਕਿਸੇ ਖਾਲਿਸਤਾਨ ਕਾ ਕੋਈ ਸਾਥ ਨਹੀਂ ਦਿੰਦੇ ਬਿਲਕੁਲ ਵੀ, ਠੀਕ ਹੈ। ਪਰ ਜੋ ਗਲਤ ਹੈ ਗਲਤ ਹੈ, ਕਿਸਾਨ ਹੈ ਵਾਂ ਮੈਂ ਵੀ ਕਿਸਾਨ ਹੂੰ, ਮੈਨੇ ਪਤਾ, ਠੀਕ ਹੈ। ਜਦ ਦੇਸ਼ ਦਰੋਹੀ ਕਿਹਾ ਗਿਆ ਥਾ ਮਾਰੇ ਉੱਪਰ ਵੀ ਥੀ ਵਾਂ ਬਾਤਾਂ, ਮਰਤਾ ਵੀ ਨਹੀਂ ਕਹਿਆ ਗਿਆ ਤਾ ਪੀਜ਼ੇ ਖਾਣ ਜਾ ਰਹੇ ਹੈ ਜਾਂ ਵਿਦੇਸ਼ ਤਾਂ ਫੰਡਿੰਗ ਹੋ ਰਹੀ ਹੈ ਜਾਂ 100-100 ਰੁਪਈਆ ਮੈਂ ਬੈਠੇ ਹੈ, ਠੀਕ ਹੈ। ਤਾਂ ਉਹ ਬਾਈ ਜਿਸ ਪੈ ਬੀਤਾ ਉਹ ਹੀ ਜਾਣਾ, ਬਾਕੀ ਸਭ ਕੇ ਆਪਣੇ ਆਪਣੇ ਅਲੱਗ ਵਿਊ ਹੋ ਸਕੇ। ਔਰ ਇੰਨਾ ਹੀ ਨਹੀਂ, ਬਹੁਤ ਸਾਰੇ ਵੀਡੀਓ ਸਾਹਮਣੇ ਆ ਰਹੇ ਆ ਕੰਗਣਾ ਨੂੰ ਚਪੇੜ ਮਾਰਨ ਤੇ, ਇਹ ਵੀ ਸੁਣੋ।
अब कंगना ने पिटने के बाद क्या कहा? देखिए जिन्होंने हमारे साथ बदतमीजी करी है वो सारे उग्रवादी लोग हैं। कंगना एक ही पढ़ा है भी, पंजाब को उग्रवादी मत बोलना, ये तो मालूम नहीं पता नहीं चलेगा पैराशूट नहीं उतर पाएगा पार्लियामेंट तक। चाटा पड़ा तेरे बेवकूफी पे पड़ा और लगातार पड़ेगा। पार्लियामेंट में पहुंच नहीं पाई, चांटे लगने शुरू हो गए क्योंकि तुम जनता की आवाज हो और अब अगर तुम जनता के खिलाफ कुछ भी बोलोगे बोल पे छक्का लगा, पहली बोल पे छक्का लगा चंडीगढ़। ਤਾਂ ਕੰਗਣਾ ਦਾ ਕਹਿਣਾ ਕਿ ਖਾਲਿਸਤਾਨੀ ਉਗਰਵਾਦੀ ਆ ਪੰਜਾਬ ਦੇ ਵਿੱਚ, ਉਗਰਵਾਦ ਵੱਧ ਰਿਹਾ ਏ, ਇਹਨੂੰ ਕਿਵੇਂ ਹੈਂਡਲ ਕੀਤਾ ਜਾਊਗਾ, ਮਤਲਬ ਉਹਨੇ ਸਿੱਧਾ ਸਿੱਧਾ ਇਹ ਕਿਹਾ ਗਾ। ਪਰ ਇਹ ਜਿਹੜਾ ਕੁੜੀ ਨੇ ਚਪੇੜ ਮਾਰੀ ਇੱਥੋਂ, ਇਹ ਸਾਬਿਤ ਕਰ ਦਿੱਤਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਦੇਸ਼ ਦਾ ਹਰ ਇੱਕ ਬੰਦਾ ਸ਼ਾਮਿਲ ਸੀ, ਚਾਹੇ ਉਹ ਕਿਸੇ ਵੀ ਡਿਊਟੀ 'ਤੇ ਹੋਵੇ, ਕਿ ਪੰਜਾਬੀਆਂ ਨੂੰ ਇਹ ਕੁੜੀ ਦੀ ਮਦਦ ਕਰਨੀ ਚਾਹੀਦੀ ਆ, ਉਹਦੇ ਨਾਲ ਖੜਨਾ ਚਾਹੀਦਾ ਗਾ, ਕਿਉਂਕਿ ਕਿਸਾਨ ਬੀਬੀਆਂ ਨੂੰ 100-100 ਰੁਪਈਏ 'ਤੇ ਆਉਣ ਵਾਲੀਆਂ, ਉਹਨੇ ਆਖਿਆ ਸੀ ਕਿ ਧਰਨੇ ਦੇ ਵਿੱਚ ਬਿੱਲੜ ਆਉਂਦੇ ਆ, ਖਾਲਿਸਤਾਨੀ ਆਉਂਦੇ ਆ, ਇਹ ਦੇਸ਼ ਵਿਰੋਧੀ ਆ, ਇਹ ਉਗਰਵਾਦੀ ਆ, ਉਹ ਸਾਰੀਆਂ ਚੀਜ਼ਾਂ ਦਾ ਬਦਲਾ ਲਿਆ ਏ ਕੁੜੀ ਨੇ ਇੱਕ ਚਪੇੜ ਮਾਰ ਕੇ। ਹੁਣ ਪੰਜਾਬੀਆਂ ਦਾ ਫਰਜ਼ ਬਣਦਾ ਏ ਉਹ ਕੁੜੀ ਦੀ ਸਪੋਰਟ ਕੀਤੀ ਜਾਵੇ, ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ, ਹਰ ਜਗ੍ਹਾ ਇਹ ਪਹੁੰਚੇ ਤਾਂ ਕਿ ਲੋਕ ਕੁੜੀ ਦੀ ਸਪੋਰਟ ਦੇ ਵਿੱਚ ਜੁੜ ਸਕਣ, ਉਹਦਾ ਪੱਖ ਮਜ਼ਬੂਤ ਹੋਵੇ। ਠੀਕ ਆ ਜੀ, ਆਪਾਂ ਮਿਲਦੇ ਨੈਕਸਟ ਵੀਡੀਓ ਦੇ ਵਿੱਚ, ਤੁਸੀਂ ਦੇਖ ਰਹੇ ਹਾਂ ਪੰਜਾਬੀ ਸਟੇਟਸ ਗਰੁੱਪ।